अच्छा माशाल्लाह बड़े प्यारे भी हैं आपको लड़कियाँ मरती हो आप पे या कोई तंग शंग करती हो या को लड़कियों वाला कुछ मंडी के हैं आप कितनी कोई आप इनकम आपकी है महाना सालाना डेली की ओके हाँ जनाब वालेकुम कैसे हैं आप सारे ठीक हैं खुश हैं फ़िट हैं आज फिर से जनाब एक दफ़ा मंडी भावल्दीन शेरों का शहर आप सभी लोग जानते होंगे यहाँ के फेमस टिकटॉकर, यूट्यूबर फेसबुक पर काफ़ी से, से कंटेंट बनाने वाले एक ऐसे शहजादे के पास एक ऐसे बंदे के पास जो किसी तारफ़ के मोहताज नहीं हैं तो आइए मिलते हैं हमाद भाई से हमाद मेकन इनकी कामयाबी का राज जानते हैं इन्हीं की ज़ुबानी है असल फात भाई जी सलाम साम भाई سب سے پہلے تو اپ اپنا تعارف تعارف کے محتاج تو نہیں ہیں اپ لیکن پھر بھی اپ اپنا تعارف تھوڑا سا لوگوں کو کروا دیں کہ کیا ہیں اپ جی میں جینے کو تو جان دیو تے ٹک ٹاک تے والے نال بھی میری لینا سنیاں ہوندیاں ہیں انا کدا بزنس انا کدا بزنس تے فاد میکن یا میکن زیادہ تر بندے اونج وی صرف میکن دے نام تو جان دے نے فاد میکن اصل میں کوئی بزنس مین ہے नहीं फ़ाद मेकन मेरे छोटे भाई का नाम है मेरा नाम रियल हमद है अच्छा आपका नाम हमाद है मेरा नाम हमाद है लेकिन फेमस मैं फाद के नाम से ही हूँ ज़्यादातर लोग मुझे फ़ाद ही कहते हैं ये ये तो मतलब उल्टा सीन हो गया ना ये तो आपका छोटा भाई फिर फेमस हुआ ना नाम फाद मेकन है और है वो आपका छोटा भाई लेकिन आपका नाम हमाद मकन है अच्छा इसके अलावा कोई थोड़ी सी स्टोरी आप बता दें कि कब आप इस फील्ड में आए टिकटॉक का शौक आपको कैसे हुआ मंडी बहुदी दिन दिन स्टार पैदा करते जा रहा है ਏ ਕੋਈ ਨਹੀਂ ਇਤਨੀ ਬਾਤ ਪਹਿਲੇ ਮੈਂ ਗਿਆ ਥਾ ਜੋ ਇਹ ਇਹ ਜੇ ਹੁੰਦਾ ਨਾ ਮੰਡੀ ਤੇ ਗੁਜਰਾਤ ਵਾਲੇ ਨਹੀਂ ਇਹਨਾਂ ਕੋਲੇ ਕੰਮ ਬਣਾਉਂਦਾ ਚੀ ਯੂਰਪ ਜਾਣਾ ਯੂਰਪ ਦੇ ਹੱਬ ਬੜੇ ਵਹਿੰਦੇ ਨੇ ਤੇ ਡੰਕੀ ਲਾ ਜਾਂਦੇ ਨੇ ਅਸੀਂ ਵੀ ਇੱਕ ਵਾਰ ਵਿੱਚ ਲਾਗ ਆਇਆ ਉੱਥੇ ਫਿਰ ਵਾਪਸ ਆਏ ਤੁਰਕੀ ਕੁਝ ਦਿਨ ਰਹੇ ਹੋ ਤਾਂ ਵਾਪਸ ਆਏ ਇੱਥੇ ਆ ਕੇ ਫਿਰ ਵੈਸੇ ਹੀ ਅਪਲਾਈ ਕਰਨ ਲੱਗ ਪਏ ਕਦੀ ਕਿਧਰੇ ਵੀਜ਼ਾ ਅਪਲਾਈ ਕਰੀਦਾ ਕਦੀ ਕਿਸ 사이ਟ ਤੇ ਅਪਲਾਈ ਕਰੀਦਾ ਤੇ ਫਿਰ ਵੈਸੇ ਹੀ ਇੱਕ ਦਿਨ ਜ਼ੇਨ ਚ ਆਇਆ ਨਾ ਵੀਡੀਓ ਬਣਾਉਂਦੇ ਰਹੇ ਕਾਫੀ ਦੇਰ ਦੀਆਂ ਬਣਾਉਂਦੇ ਪਰ ਕੋਈ ਫੇਮਸ ਨਹੀਂ ਹੁੰਦੇ ਤੁਹਾਡਾ ਵੀ ਮਤਲਬ ਹੈ ਵੀ ਇੰਨਾ ਫੇਮਸ ਹੋ ਰਹੇ ਹੋ ਤਾਂ ਨਾ ਤੁਸੀਂ ਯੂਰਪ ਜਾ ਰਹੇ ਹੋ ਆਹ ਇਹ ਜੀ ਗੱਲ ਹੈ ਨਾ ਕੋਈ ਵੀਡੀਓ ਵਾਇਰਲ ਨਹੀਂ ਹੁੰਦੀ ਇੱਕ ਵਾਰੀ ਉਂਝੇ ਹੀ ਆਮ ਜੀ ਵੀਡੀਓ ਸਾਂ ਪੋਸਟ ਕਰਕੇ ਸੌਂਗਾ ਸਵੇਰ ਉੱਠ ਕੇ ਵੇਖੀ 2 ਮਿਲੀਅਨ ਤੇ ਵੀਡੀਓ ਬਸ ਉਹਦੇ ਤੋਂ ਬਾਅਦ ਫਿਰ ਬਣਾਉਂਦੇ ਰਹਿ ਚੰਗੀਆਂ ਬਣਾਉਂਦੀਆਂ ਤੇ ਫਿਰ ਵਾਇਰਲ ਹੀ ਗਈਆਂ ਹੁਣ ਫਿਰ ਆਂਦੇ ਨੇ ਕਈ ਵਾਰੀ ਆਂਦੇ ਨੇ ਵੀ ਇੱਥੇ ਹੁਣ ਵੀਜ਼ਾ ਲੱਗਦਾ ਹੁਣ ਆਖੇ ਹੁਣ ਸਾਂ ਲੋੜ ਹੀ ਨਹੀਂ ਹੁਣ ਇੱਥੇ ਅਮਾਦ ਭਾਈ ਮੈਨੂੰ ਪਤਾ ਚੱਲਾ ਤਾਂ ਕਿ ਆਪ ਸਟੱਡੀ ਵਗੈਰਾ ਕਰਤੇ ਹੈ ਤਾਂ ਕੀ ਸੀਨ ਹੈ ਇਹ ਵਾਲਾ ਜਾਂ ਇਹ ਸ਼ੁਗਲ ਆਪਨੇ ਬਸ ਸ਼ੁਗਲ ਤੱਕ ਗਿਆ ਤੱਕ ਰੱਖਾ ਹੋਇਆ ਨਹੀਂ ਨਹੀਂ ਸਟੱਡੀ ਕੀ ਹੈ ਇੰਟਰ ਕੀ ਹੈ 12 ਕੀਤੀਆਂ ਨੇ ਪੰਜਾਬੀ ਜਾਮ ਲਸਨ ਤੇ ਸਾਂ 12 ਕੀਤੀਆਂ ਉਸ ਤੋਂ ਬਾਅਦ ਫਿਰ ਆਖਿਆ ਬਹੁਤ ਨੇ ਨੀਆਂ ਵੀ ਹੁਣ ਉਹ ਦਾ ਹਫਿਜ਼ ਕਰ ਦਿੱਤਾ ਬਿਲਕੁਲ ਬੰਦੇ ਉਹ ਇਹਨੇ ਸਟੱਡੀ ਕਰਕੇ ਵੀ 18 15 ਸਾਲ 16 ਸਾਲ ਸਟੱਡੀ ਕਰਕੇ ਉਹ ਹੀ ਬੰਦੇ ਨੂੰ ਸਿਖਾਉਂਦੇ ਨੇ ਕਿ 18000 ਦੀ ਨੌਕਰੀ ਕਿੰਝ ਕਰਨੀ ਹੈ ਬਿਲਕੁਲ 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 ਇਹ ਬਾਤ ਆਪਕੀ ਬਿਲਕੁਲ ਐਸੇ ਹੀ ਹੈ ਕਿ 18 ਸਾਲ ਪੜ੍ਹ ਕੇ ਫਿਰ ਅੰਨੇ 18000 ਦੀ ਨੌਕਰੀ ਕਿ ਕੈਸ ਨੌਕਰੀ ਕਰਨੀ ਹੈ ਕੈਸ ਅੱਛਾ ਕਿਤਨੀ ਕੋਈ ਆਪ ਇਨਕਮ ਆਪ ਕੀ ਹੈ ਮਹਾਨਾ ਸਾਲਾਨਾ ਡੇਲੀ ਕੀ ਫੇਸਬੁਕ ਸੇ ਟਿਕਟਾਕ ਸੇ YouTube ਸੇ ਕਿਆ ਕੁਛ ਕਮਾ ਰਹੇ ਹੈ ਇਹ ਜਿਵੇਂ ਤੁਸੀਂ ਪਤਾ ਹੋਣਾ ਜਿਹੜੇ ਕ੍ਰੀਏਟਰ ਕੋਲੇ ਪੁੱਛਦੇ ਨੇ ਦੱਸਦਾ ਤੇ ਕੋਈ ਵੀ ਨਹੀਂ ਮਤਲਬ ਕਿ ਚਲ ਝੂਠਾ ਨਹੀਂ ਕੁਝ ਕੁਝ ਬੰਦੇ ਜਿਹੜੇ ਇੰਜ ਦੇ ਹੁੰਦੇ ਨੇ ਜਿਹੜੇ ਆਪਣੀ ਥੋੜੀ ਅਸਲ ਤੇ ਨਹੀਂ ਦੱਸਦੇ ਲੇਕਿਨ ਨਜ਼ਦੀਕ ਤਰੀਨ ਕਰ ਦਿੰਦੇ ਆਨ ਇਸ ਦੀ ਤਰੀਕੋ ਕਿਉਂਕਿ ਬੰਦਾ ਦਾਸ ਹੀ ਨਹੀਂ ਨਾ ਸਕਦਾ ਕਈ ਵਾਰੀ ਜੀ ਐਨ ਐਨ ਕਿਸ ਇੱਕ ਸਕੰਡ ਕਿਸ ਤਰ੍ਹਾਂ ਆਪ ਕਹਿੰਦੇ ਐਨੀ ਤੇ ਆਖੀ ਤੇ ਬਿਜ਼ਨਸ ਐਨਾ ਕਿਦਾਂ ਬਿਜ਼ਨਸ ਹਾਂ ਐਨ ਨਹੀਂ ਤੇ ਆਖੀ ਤੇ ਬਿਜ਼ਨਸ ਅੱਛਾ ਕਿਤਨੀ ਮਤਲਬ ਇਹ ਕੋਈ ਨਹੀਂ ਕਈ ਵਾਰੀ ਬੰਦਾ ਥੋੜਾ ਸਾ ਆਈਡੀਆ ਦੇ ਦੇ ਨਾ ਅਗਰ ਮੁਸ਼ਕਲ ਹੈ ਤਾਂ ਥੋੜਾ ਆਈਡੀਆ ਦੇ ਦੇ ਕੇ ਇੰਹਾ ਤੱਕ ਬਸ ਹੈ ਮਤਲਬ ਫਿਕਸ ਤੇ ਨਹੀਂ ਨਾ ਹੁੰਦੀ ਜਿਵੇਂ ਗਵਰਨਮੈਂਟ ਦੀ ਨੌਕਰੀ ਵਿੱਚ ਮਹੀਨੇ ਦਾ 50 50 ਹੁੰਣਾ ਹੀ ਹੁੰਣਾ ਇਹ ਕਦੀ ਇਹ ਨਹੀਂ ਹੁੰਦਾ ਸਿਰਫ ਇੱਕ ਮਹੀਨੇ ਵਿੱਚ ਸਿਰਫ 10000 ਰੁਪਏ ਹੁੰਦਾ ਸੋ ਰੁਕੋ ਜਰਾ सबर करो इंज भी कई वरी हो जांदा कई वरी इंज हुंदा एक महीने विच दो तरह लाख भी आ जांदा और जोर तो 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 से बोल के लोगों को स्कीमें बता दे माशाल्लाह मतलब आप लाखों को टच कर रहे हैं कई आसानी के वरी के, हो जाती अच्छा फैमिली में आपको सपोर्ट करने वाला कौन-कौन है हां फैमिली तो वैसे ते बिलोंग करनेया सी मेकण कर, मतलब जाट ही जमींदार हैं ते शुरू शुरू जिस टाइम बनान कीती ते अबे रवियां के की तू कंजरा काम शुरू कर ले ਜਿਵੇਂ ਆਂਦੇ ਨੇ ਫਿਰ ਜਿਸ ਟਾਈਮ ਫੇਮਸ ਹੋ ਗਿਆ ਥੋੜੀ ਬਹੁਤ ਇੱਜ਼ਤ ਪੈਸੀ ਹੁਣ ਲੱਗ ਪਰ ਫਿਰ ਠੀਕ ਹੀ ਹੁਣ ਮਤਲਬ ਅਬ esport ਕਰਦੇ ਨੇ ਕੋਈ ਵੀ ਬੁਰਾ ਨਹੀਂ ਆਂਦਾ ਯਾ ਉਹਨੇ ਪਤਾ ਚੱਲ ਗਿਆ ਨਾ ਕਿ ਅਬ ਇਸ ਸੇ ਪੈਸਾ ਵੀ ਆ ਰਿਹਾ ਹੈ ਔਰ ਫੇਮ ਵੀ ਹੈ ਲੜਕੇ ਹਮਾਰੇ ਕੋ ਬੜੀ ਦੁਨੀਆ ਜਾਣਦੀ ਹੈ ਅੱਛਾ ਮਾਸ਼ਾਅੱਲਾ ਬੜੇ ਪਿਆਰੇ ਵੀ ਆਪ ਕੁ ਲੜਕੀਆਂ ਮਰਤੀਆਂ ਆਪ ਯਾ ਕੋ ਤੰਗਸ਼ੰਗ ਕਰਤੀਆਂ ਯਾ ਕੁ ਲੜਕੀਆਂ ਵਾਲਾ ਕੋਈ ਸੀਨ ਮੰਡੀ ਕੇ ਆਪ ਨਹੀਂ ਇਹਦਾ ਕੋਈ ਸੀਨ ਨਹੀਂ ਤੱਕ ਬੱਚੇ ਆ ਨਹੀਂ ਬੱਚੇ ਆਪ ਬੱਚੇ ਹੋਏ ਹੋਏ ਲੇਕਿਨ ਕੋ ਲੜਕੀਆਂ ਆਤੀਆਂ ਯਾ ਮਤਲਬ ਉਹ ਤੁਸੀਂ ਵੇਖ ਸਕਦੇ ਮੇਰੀਆਂ ਜਿੰਨੀਆਂ ਵੀਡੀਓ ਵੇਖੇ ਨਾ ਕਈ ਵਾਰੀ ਸੀ ਮੰਡੀ ਆਉਨੇ ਲੜਕੀਆਂ ਨਾ ਮੈਂ ਕੋਈ ਵੀ ਪਹਿਲੇ ਇੱਕ ਲੜਕਾ ਜੀ ਵੀ ਆਮ ਜਿਹਾ ਵੇ ਨਾ ਜਿੰਨੇ ਮੈ ਜਾਣਦਾ ਵੀ ਨਾ ਹਾਂ ਵਾਹ ਕਮਾਤ ਉਹਨਾ ਵੀਡੀਓ ਬਣਾਣੀ ਮੈਂ ਵੀਡੀਓ ਬਣਾ ਕੋ ਦਿਆ ਆਪਣੀ ਆਈਡੀ ਤੇ ਪੋਸਟ ਕਰਨਾ ਕਈ ਵਾਰੀ ਲੜਕੀਆਂ ਨਾਲ ਮੈਂ ਫੋਟੋਆਂ ਬਣਾਈਆਂ ਨੇ ਮਤਲਬ ਪਿਕਸ ਫੈਨ ਐਜ਼ ਅ ਫੈਨ ਉਹ ਬਣਾਈਆਂ ਨੇ ਵੈਸੇ ਅਜ ਤੱਕ ਮੈਂ ਆਪਣੀ ਆਈਡੀ ਤੇ ਕਿਸੇ ਲੜਕੀ ਦੀ ਵੀਡੀਓ ਪੋਸਟ ਨਹੀਂ ਕੀਤੀ ਉਹਨਾਂ وجہ ਕੀ وجہ ਹੋ ਸਕਦੀ ਹੈ ਕਿ ਤੁਸੀਂ ਆਪਣੀ ਆਈਡੀ ਤੇ ਪੋਸਟ ਨਹੀਂ ਕੀਤੀ ਕਿਉਂਕਿ ਫੇਮਸ ਹੋਣ ਤੋਂ ਪਹਿਲਾਂ ਨਾ ਬੰਦੇ ਜਾਂਦੇ ਹਨ ਕਿ ਜਿਹਦੇ ਨਾਲ ਲੜਕੀ ਹੁੰਦੀ ਹੈ ਨਾ ਉਹ ਬੰਦਾ ਫੇਮਸ ਸ਼ਾਇਦ ਸ਼ਾਇਦ ਉਹ ਫੇਮਸ ਹੋ ਸਕਦਾ ਮੈਂ ਇਹ ਵਾਹਣਾ ਚਾਹੁੰਦਾ ਆ ਕਿ ਲੜਕੀ ਤੋਂ ਬਗੈਰ ਵੀ ਬੰਦਾ ਹੋ ਜਾਂਦਾ ਜੇ ਬੰਦੇ ਦੇ ਵਿੱਚ ਕੁਝ ਹੋਵੇ ਤੇ ਮੈਂ ਨਹੀਂ ਮੰਨਦਾ बंदे में कुछ होना चाहिए बंदा वैसे भी फेमस हो जाता है ना उन्हें आख्या कद के हिम्मत की आप कर लीए बस यही वीडियो बस और कोई काम नहीं दूजा फिलहाल को घर गाड़ी बंगला कोई बना लिया नहीं कोई नहीं होते बन जाएगा कितना कितना टाइम लगता है आपको एक वीडियो बनाने में ज्यादातर जी ज्यादा, ज्यादा मेहनत करिए कोई हफ्ता एक लग जाता है एक एक हफ्ता भी लग सकता है या पूरा पूरा दिन भी लग जाता है कॉन्टेंट बनाने में आ, एक वीडियो बनाने आ, में आ, अच्छा शादी शादी का क्या सीन है अभी तक आपकी कोई शादी <laughs> कोई ऐसा कोई घर वालों ने कोई तसली तो दी हो या आपने खुद कहीं पे कोई सेटिंग वगैरह की हो कोई ऐसा सीन नहीं नहीं ऐसा तो कोई नहीं है ये मतलब है ज्यादा से ज्यादा एक नेक्स्ट ईयर हो सकती है या उस तो एक या एक दो साल बस अभी दो साल है आ, तक दो साल तो क्या लगता है आपको दो साल आप इंतजार कर लेंगे या के घर गएंगे कि नहीं यार मैं फेमस भी हूँ पैसे भी आ रहे हैं सारा कुछ तो ये पहले काम करे नहीं नहीं वो कोई नहीं जिते नहीं लाग गई बाकी भी लाग गई जाएगी इधर कहीं फैमिली में ही करेंगे या आउट ऑफ फैमिली या आपने खुद से कोई पसंद की हुई हो लड़की कोई नहीं जो भी होगी अब वो थे वो थे वो है जो देखने वालों को क्या पैगाम देंगे आपके इस फील्ड में आना चाहिए या क्या काम करना चाहिए नहीं जे तो बंदा टेलेंट हो जो बंद कर सकता हो फिर मतलब यो भी यो टाइम जे स्टम बंदा स्टार्टिंग करदा है एको स्टार्टिंग हो गई ਤੁਹਾਡੇ 10 2000 ফলোয়ার ਹੋ ਜਾਣ ਫਿਰ ਕੋਈ ਇਸ਼ੂ ਨਹੀਂ ਜੇ ਵੀਡੀਓ ਵਾਇਰਲ ਹੁੰਦੀ ਤੁਹਾਡੇ ਟੈਲੈਂਟ ਹੈ ਤੁਹਾਨੂੰ ਪਤਾ ਤੁਸੀਂ ਕਰ ਸਕਦੇ ਹੋ ਫਿਰ ਕਰੋ ਤੇ ਜੇ ਤੇ ਐਵੇਂ ਹੀ ਮਤਲਬ ਸਹਿਰ ਹੀ ਦੇਣਾ ਹੈ ਐਵੇਂ ਭਈ ਮੈਂ ਕਰਨਾ ਹੀ ਕਰਨਾ ਹੈ ਜੇ ਕੁਝ ਹੋਵੇ ਵੀ ਨਾ ਬੰਦੇ ਵਿੱਚ ਫਿਰ ਤੇ ਬੇਵਕੂਫੀ ਹੈ ਐਵੇਂ ਟਾਈਮ ਆਇਆ ਕਰਨੇ ਵਾਲੀ ਗੱਲ ਹੈ ਮਤਲਬ ਬੰਦੇ ਨੂੰ ਪਤਾ ਲੱਗ ਜਾਂਦਾ ਮੈਂ ਕਰ ਸਕਣਾ ਕਿ ਨਹੀਂ ਕਰ ਸਕਦਾ ਮਤਲਬ ਅਗਰ ਕੋਈ ਕਰ ਸਕਤਾ ਹੋ ਕਿਸੇ ਕੋ ਸ਼ੌਕ ਹੋ ਜਾਂ ਕੋਈ ਵੀ मसला नहीं है किसी किस्म का भी कामयाबी इंसान का मुकद्दर है वो उससे मिलकर रहती है अच्छा लास्ट में हमारे चैनल के बारे में कोई एक शब्द कोई एक वर्ल्ड कोई एक ऐसा जुमला कोई ऐसी बात बहुत अच्छा लग गया बाकी तो चैनल देख सकते हो नाम ही आए रोल टैलेंट तो जिनी हो सकती मतलब सपोर्ट करो भाईअर ही आए ने बहुत अच्छा लगे इन्होंने बड़ा कॉपरेट किया बड़ा हलाक चंगा बहुत ही वध्या लग गया जी बिल्कुल हम भी फा हम आद भाई के पास आए हैं तो इनसे मिल के भी बड़ा अच्छा लगा है तो मिलते हैं किसी नेक्स्ट वीडियो में किसी नेक्स्ट अच्छे से टैलेंट के साथ किसी नेक्स्ट इसी तरह के अच्छे से बंदे के साथ तो तब तक के लिए अपना ढेर सारा ख्याल रखिएगा दुआ में याद रखिएगा अल्लाह हाफिज़